75 ਕਿਲੋ ਦਾ ਮੈਚ ਸ਼ੁਰੂ ਹੋਣਾ ਹੈ, ਟੀਮਾਂ ਲਾਈਨ ਅਪ ਹਨ, ਉਹਨਾਂ ਨੂੰ ਜਾ ਕੇ ਆਸ਼ੀਰਵਾਦ ਦੇਣ, ਮੈਚ ਸ਼ੁਰੂ ਕਰਵਾਉਣ ਦੀ ਕਿਰਪਾਲਤਾ ਕਰਨ। ਹੈਲੋ ਕਾਲਾ ਸੁਪੁੱਤਰ ਮੱਖਣ ਸਿੰਘ ਜੀ ਹੰਸਰਾ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਟੀਮਾਂ ਇਸ ਦੇ ਨਾਲ ਜਾ ਕੇ ਇੰਟਰੋਡਕਸ਼ਨ ਟੀਮ ਵਿੱਚ ਸ਼ਾਮਿਲ ਹੋਣ ਜੀ। ਹਾਂਜੀ ਹਾਂਜੀ, ਜੋ 75 ਕਿਲੋ ਦੇ ਮੈਚ ਸ਼ੁਰੂ ਹੋਣ ਲੱਗੇ ਹਨ, ਦੱਸਿਆ ਜਾਂਦਾ ਹੈ ਕਿ ਸੂਬੇਦਾਰ ਨਿਰਮਲ ਸਿੰਘ ਜੀ ਉਹਨਾਂ ਦੇ ਬੇਟਿਆਂ ਵੱਲੋਂ ਇਸ ਕਬੱਡੀ 75 ਕਿਲੋ ਦੇ ਪਹਿਲੇ ਇਨਾਮ ਦੀ ਰਾਸ਼ੀ ਟੂਰਨਾਮੈਂਟ ਨੂੰ ਦਿੱਤੀ ਗਈ ਹੈ। ਪਹਿਲਾ ਮੈਚ ਇਹਨਾਂ ਵੱਲੋਂ ਦਿੱਤਾ ਜਾਣਾ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਦੇ ਮੰਚ ਦੇ ਉੱਤੋਂ ਨਾਂ ਅਨਾਊਂਸ ਹੋਏ ਨੇ। ਅੱਜ ਕਹਿੰਦੇ ਪਹਿਲੇ ਮੁਕਾਬਲੇ ਦੀਆਂ ਟੀਮਾਂ ਦੇ ਨਾਲ ਆਸ਼ੀਰਵਾਦ ਦੇਣ ਦੇ ਲਈ ਸਮੁੱਚੀ ਕਲੱਬ ਦੇ ਅਹੁਦੇਦਾਰ ਪ੍ਰਧਾਨ ਸਾਹਿਬਾਨ ਕਬੱਡੀ ਨਾਲ ਹੰਸਰਾ ਜੀ ਵੀ ਇਸ ਟੀਮ ਵਿੱਚ ਸ਼ਾਮਿਲ ਹੋਣ ਬੇਨਤੀ ਹੈ। ਹੋਤੀ ਅੱਜ ਦੇ ਕਬੱਡੀ 75 ਕਿਲੋ ਦਾ ਪਹਿਲਾ ਜਿਹੜਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ। ਇੱਕ ਪਾਸੇ ਜਿਹੜੀ ਟੀਮ ਖੇਡੂਗੀ ਰਾਮੇ ਦੀ ਜ਼ਿਲ੍ਹੇ ਮੋਗੇ ਨੂੰ ਬਿਲੋਂਗ ਕਰਦੀ ਤੇ ਲੰਡੇ ਦੋਨੋਂ ਟੀਮਾਂ ਜ਼ਿਲ੍ਹੇ ਮੋਗੇ ਨੂੰ ਬਿਲੋਂਗ ਕਰਦੀਆਂ ਨੇ। ਨਿਰਮਲ ਸਿੰਘ ਜੀ ਸੂਬੇਦਾਰ, ਜਗਤਾਰ ਸਿੰਘ ਜੀ, ਮਲਕੀਤ ਸਿੰਘ ਜੀ, ਸਰਦਾਰ ਗੁਰਦੇਵ ਸਿੰਘ ਜੀ ਹੰਸਰਾ ਕੈਨੇਡਾ, ਕਾਲਾ ਅਮਰੀਕਾ ਸਾਡੇ ਵੀਰ ਜਗਮੋਹਨ ਸਿੰਘ ਜੀ ਪੰਚ, ਬਲਵਿੰਦਰ ਸਿੰਘ ਜੀ ਤਲਵੰਡੀ ਕੈਨੇਡਾ ਵਾਲੇ, ਇਕਬਾਲ ਸਿੰਘ ਜੀ ਅਖਾੜਾ, ਬਹੁਤ ਬਹੁਤ ਧੰਨਵਾਦ। ਨਛੱਤਰ ਸਿੰਘ ਜੀ ਖਾਲਸਾ ਨਾਲ ਸਾਡੇ ਵੀਰ, ਇਸ ਗਰਾਊਂਡ ਦੀ ਵੱਡੀ ਜ਼ਿੰਮੇਵਾਰੀ ਕਬੱਡੀ ਇੰਚਾਰਜ ਨੇ ਸਾਡਾ ਵੀਰ ਪਰਮਾਤਮਾ ਸਿੰਘ ਜੀ ਰਾਜੂ, ਆਪਣੇ ਵੀਰ ਦੀ ਬਰਿੰਦਰ ਦੀ ਯਾਦ ਦੇ ਵਿੱਚ ਜਿੱਥੇ ਵੱਡੀ ਸੇਵਾ ਕੀਤੀ ਹੈ ਪਾਣੀ ਵਾਲੀ ਟੈਂਕੀ ਦੀ, ਉੱਥੇ ਇਸ ਟੂਰਨਾਮੈਂਟ ਨੂੰ ਬਹੁਤ ਵੱਡਾ ਯੋਗਦਾਨ ਹੈ ਇਸ ਵੀਰ ਦਾ, ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ। ਸਾਡੇ ਪ੍ਰਧਾਨ ਬਲਵਿੰਦਰ ਸਿੰਘ ਜੀ ਪੱਬਾਂ ਭਾਰ ਨੇ, ਵੱਡੀਆਂ ਜ਼ਿੰਮੇਵਾਰੀਆਂ ਨੇ ਜ਼ਿੰਦਗੀ ਦੀ ਸਤਿਕਾਰਯੋਗ ਸ਼ਖਸੀਅਤ, ਉੱਥੇ ਜਗਦੇਵ ਸਿੰਘ ਜੀ ਜੱਗਾ ਸੈਕਟਰੀ ਸਾਹਿਬਾਨ, ਸਰਦਾਰ ਜਗਤਾਰ ਸਿੰਘ ਜੀ ਥਾਣੇਦਾਰ ਸਾਹਿਬਾਨ, ਉਹਨਾਂ ਵੱਲੋਂ ਜਿੱਤਣ ਵਾਲੀ ਟੀਮ ਦੇ ਲਈ ਪਹਿਲੇ ਮੁਕਾਬਲੇ 75 ਕਿਲੋ ਦਾ ਪਹਿਲਾ ਮੁਕਾਬਲਾ ਲੰਡੇ ਤੇ ਰਾਮੇ ਦੇ ਦਰਮਿਆਨ, ਜੇਤੂ ਟੀਮ ਦੇ ਲਈ ਜਗਤਾਰ ਸਿੰਘ ਜੀ ਥਾਣੇਦਾਰ 500 ਰੁਪਏ ਦੇ ਵੱਡੇ ਮਾਣ ਹੋਣਗੇ। ਬਹੁਤ ਬਹੁਤ ਧੰਨਵਾਦ ਇਹਨਾਂ ਸੱਜਣਾਂ ਦਾ ਜਿਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਅਫਜਾਈ ਕੀਤਾ। 500 ਰੁਪਏ ਦੇ ਮਾਣ ਜਗਤਾਰ ਸਿੰਘ ਜੀ ਥਾਣੇਦਾਰ, ਕੇ ਖਰਚਾ ਘੱਟ ਤੇ ਮੁਨਾਫਾ ਵੱਧ ਹੋਵੇ ਮਿਸ਼ਨ ਹੁੰਦਾ ਏ, ਇਹ ਠੇਕੇਦਾਰ ਦਾ ਜੀ ਤੇ ਅਮਨ ਸ਼ਾਂਤੀ ਇਲਾਕੇ ਵਿੱਚ ਰਹੇ ਇਹ ਮਿਸ਼ਨ ਹੁੰਦਾ ਏ ਚੰਗੇ ਥਾਣੇਦਾਰ ਦਾ ਜੀ। ਤੇ ਹੈਲੋ, ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ ਜੀ ਤੁਹਾਡਾ। ਹਾਂਜੀ, ਦਰਸ਼ਕ ਵੀਰਾਂ ਨੂੰ ਦੱਸਿਆ ਜਾਂਦਾ ਹੈ ਕਿ ਕਿਸੇ ਵੀਰ ਦਾ ਮੋਬਾਈਲ ਫੋਨ ਡਿੱਗਿਆ ਹੈ, ਉਹ ਆਪਣੀ ਨਿਸ਼ਾਨੀ ਦੱਸ ਕੇ ਮੋਬਾਈਲ ਫੋਨ ਸਾਡੇ ਕੋਲੋਂ ਸਟੇਜ ਤੋਂ ਲਿਜਾ ਸਕਦਾ ਹੈ। ਦੁਬਾਰਾ ਫਿਰ ਦੱਸਦੇ ਹਾਂ, ਕਿਸੇ ਦਾ ਮੋਬਾਈਲ ਡਿੱਗਿਆ ਹੈ, ਉਹ ਆਪਣੇ ਮੋਬਾਈਲ ਦੀ ਨਿਸ਼ਾਨੀ ਦੱਸ ਕੇ ਸਟੇਜ ਤੋਂ ਲਿਜਾ ਸਕਦਾ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਸਮੁੱਚੇ ਨਗਰ ਵਾਸੀਆਂ ਦੇ ਵੱਲੋਂ ਕਹਿੰਦੇ ਆਏ ਵਰੇ ਦੀ ਤਰ੍ਹਾਂ ਖੇਡਾਂ ਦੇ ਮਹਾਕੁੰਭ ਰਚੇ ਗਏ ਨੇ, ਜਿੱਥੇ ਕਬੱਡੀ ਓਪਨ ਦੇ ਵਿੱਚ ਦੁਨੀਆਂ ਦੇ ਵੱਡੇ ਸਟਾਰ ਪੁੱਜਣੇ ਨੇ, ਉੱਥੇ ਕਬੱਡੀ 75 ਕਿਲੋ ਦਾ ਪਹਿਲਾ ਜਿਹੜਾ ਮੁਕਾਬਲਾ, ਇੱਕ ਪਾਸੇ ਟੀਮ ਜਿਹੜੀ ਲੰਡੇ ਗਿਆ ਦੀ ਔਰ ਦੂਸਰੇ ਪਾਸੇ ਜਿਹੜੀ ਟੀਮ ਰਾਮੇ ਦੀ ਖੇਡਣ ਜਾ ਰਹੀ ਹੈ, ਔਰ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਮੁਕਾਬਲਾ ਹੋਣਾ ਦੋਨੇ ਟੀਮਾਂ ਦੇ ਵਿਚਕਾਰ। ਹਾਂਜੀ, ਇੱਕ ਮਿੰਟ, ਇੱਕ ਵਾਰ ਫਿਰ ਪੂਰੀ ਪੰਜਾਬੀਅਤ ਨੂੰ, ਇਲਾਕਾ ਨਿਵਾਸੀਆਂ ਨੂੰ, ਸਾਡੇ NRI ਵੀਰਾਂ ਨੂੰ ਇਸ 69ਵੇਂ ਕਬੱਡੀ ਕੱਪ ਦੀ, ਫੁੱਟਬਾਲ ਦੇ ਕੱਪ ਦੀ, ਹਾਕੀ ਦੇ ਕੱਪ ਦੀ, ਕੁੱਤਿਆਂ ਦੀਆਂ ਦੌੜਾਂ, ਘੋੜੀਆਂ ਦੀਆਂ ਦੌੜਾਂ ਹੋਈਆਂ, ਜਿੰਨੇ ਪੰਜਾਬੀ ਵਿਦੇਸ਼ਾਂ ਵਿੱਚ ਵੱਸਦੇ ਨੇ ਸਾਡੇ ਵੀਰ, ਅੱਜ ਤੋਂ ਅੱਜ 365 ਦੇ ਜ਼ਰੀਏ ਇਸ ਖੇਡ ਮੇਲੇ ਦਾ ਆਨੰਦ ਮਾਣਦੇ ਨੇ। ਅਸੀਂ ਕਲਗੀਧਰ ਸਪੋਰਟਸ ਐਸੋਸੀਏਸ਼ਨ ਵੱਲੋਂ ਸਾਰੇ NRI ਵੀਰਾਂ ਦਾ, ਵਾਸੀ ਪਰਿਵਾਰ ਦਾ ਨਾਲ, ਹੈਲੋ, ਔਰ ਨਾਲ ਹੀ ਸਮਰੇ ਪਰਿਵਾਰ ਦਾ, ਗਰੇਵਾਲ ਪਰਿਵਾਰਾਂ ਦਾ, ਹੈਲੋ, ਬਹੁਤ ਬਹੁਤ ਧੰਨਵਾਦ ਦਾਨੀ ਵੀਰਾਂ ਦਾ। ਤੁਸੀਂ ਵਿਦੇਸ਼ਾਂ 'ਚ ਵੱਸਦੇ ਹੋ,
परमात्मा थोनू दिन दुगनी रात चौगनी तरक्की बख्शे। दानी वीर का बहुत बड़ा धन्यवाद के मुरदिया के मूह चो पैसे स्वीकारू ने कढे जदों मौत बिगल बजिया चाली परे खजाने छे तुर खाली हाथ गया नाल ले जाना सकिया तेला है आउन जान बनिया दुनिया चलो चलिया वेला। धन्यवाद जी। हाँ जी कबड्डी का पहला मैच शुरू होने लग्या है साडे थानेदार जगतार सिंह जी वालों जो भी टीम इधर जेतू रहेगी 500 रुपये का इनाम दिता जाना है। दूजिया जो टीम बाकी हैं उन्होंने दसाया जाता है कि जिन्हां दी टीमां ने एंट्री करा ली है आपो अपने वजन करवाउण दी कृपालता करन कोई भी कल्ला वीर आके वजन ना करावे पूरी टीम प्लेयर समेत सारे प्लेयर आके वजन करवाउण। हाँ जी लो दर्शक भीर गबरू का पिंड लंडे के जिले मोगे नूं बिलोंग करदा और सुपरस्टारां दी धरती है खेड प्रमोटरां दी धरती आउंदा गोलू उड़ जुड़जू करता गोंदिया हुआ शरीर कलंगी तर स्पोर्ट्स क्लब का बहुत ही शानदार उपराला सामने मॉडिफाई स्कूटर खड़े ने की ते मेहर होनिया दाते दी केड़े चोपर ने अज साडे प्रधान जी तो एदियां चाबियां फड़नियां ने। बलविंदर सिंह जी किनू चाबियां फड़ाउणगे सरदार जगदेव सिंह जी जगा और नाल जसबीर सिंह जी कैशियर साहबान नछत्र सिंह जी खालसा सूबेदार निर्मल सिंह जी गुरजीवन सिंह बासी डॉक्टर जसपाल जी किनू चाबियां देणगे। हां जी 75 किलो दीआं उहनां टीमां नूं बेनती है जिन्हां दे मैं नाम अनाउंस कर रहा हां जगराओं जलालाबाद गाजियाण शेरपुरा डाला अते कमालपुरा ये सारिया ही टीम अपना वजन करवाउण की कृपालता करन। एक बेनती है खिडारियों प्यार नाल भीरे जे किसी खिडारी नूं कोई ऑब्जेक्शन है साडे वीर जिहड़े कबलाबा वाले बैठे ने साडे रैफरी साहबान ने कबड्डी दे साडे अज दे प्रबंधक ने भाई राजू होरी परमात्मा साडा वीर और जस्सी होरी मरी होरी किसी भी वीर ने किंतु परंतु आप नहीं करना। धन्यवाद पलविंदर सिंह जी बिल्लू जग्गा वासी सैकटरी साहब जसवीर सिंह जी कैशियर राजू हंसरा मनी वासी जिंदरी समरा गुरी समरा साडा वीर जिहड़े उचेचे तौर ते वड्डियां जिम्मेवारियां कबड्डी दीआं निभाउंदे ने उत्थे मास्टर महिंदर सिंह जी जिहड़े कोऑपरेटिव सोसायटी दे प्रधान ने नाल इंद्रपाल सिंह जी रणजीत सिंह जी तलवंडी दे पीए वीरां दा धन्नवाद नायक ते स्टेज सैकटरी साहब। हाँ जी सरदार प्यारा सिंह जी वासी कनेडा निवासी ਉਹ ਸਟੇਡੀਅਮ ਵਿੱਚ ਪਹੁੰਚੇ ਹੋਏ ਹਨ ਉਹਨਾਂ ਵੱਲੋਂ ਵੀ ਟੂਰਨਾਮੈਂਟ ਵਾਸਤੇ ਵੱਡੇ ਯੋਗਦਾਨ ਪਾਏ ਗਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਮੁੱਖ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ ਜੀ। ਸਰਦਾਰ ਪਿਆਰਾ ਸਿੰਘ ਜੀ ਵਾਸੀ ਕੈਨੇਡਾ ਨਿਵਾਸੀ ਲਓ ਕਹਿੰਦੇ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਔਰ ਲੱਗਿਆ ਰੱਬ ਨੂੰ ਧਿਆਉਣ ਲੋਕੋ ਮਾਰੋ ਤਾਰੀਆਂ ਸ਼ੇਰ ਨੂੰ ਦੇਵ ਹੱਲਾ ਸ਼ੇਰੀ ਧਾਵੀ ਚੱਲਿਆ ਕਬੜੀਆਂ ਪਾਉਣ ਲੋਕੋ ਕਹਿੰਦੇ ਲੱਖਾ ਨਾ ਰਾਮਾ ਪਿੰਡ ਜ਼ਿਲ੍ਹੇ ਮੋਗੇ ਨੂੰ ਬਿਲੋਂਗ ਕਰਦਾ ਰਾਮਾ ਲੱਖਾ ਕੁਸਾ ਲਹਾਰਾ ਬਿਲਾਸਪੁਰ ਨੰਗਲ ਲਾਗੇ ਲਾਗੇ ਕਰਕੇ ਪਿੰਡ ਮਾਲਵੇ ਦਾ ਏਰੀਆ ਕਿਤੇ ਸਰਤਾਜ ਕਹਿੰਦਾ ਕਿ ਜਾਣਾ ਪੈਣਾ ਫੇਰ ਤੈਨੂੰ ਮਾਲਵੇ ਦੇ ਵੱਲ ਕਿ ਦੁਆਬੇ ਵਿੱਚ ਫੁੱਲ ਨਹੀਂ ਕਪਾਈ ਦੇ। ਸਾਰੇ ਦਰਸ਼ਕ ਵੀਰਾਂ ਨੂੰ ਅਸੀਂ ਕਲੰਗੀਧਰ ਸਪੋਰਟਸ ਕਲੱਬ ਵੱਲੋਂ ਖਿਡਾਰੀ ਵੀਰਾਂ ਨੂੰ ਜੀਓਆ ਆਖਦੇ ਹਾਂ ਕਿ ਅਸੀਂ ਰੂੜੀਆਂ ਤੇ ਉੱਗੇ ਹੋਏ ਫੁੱਲ ਹੀ ਸਹੀ ਤੁਸੀਂ ਖਿੜੀ ਹੋਈ ਕੱਤੇ ਦੀ ਕਪਾਹ ਵਰਗੇ ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ ਰੱਬ ਵਰਗੇ ਦਰਸ਼ਕ ਵੀਰ ਖਿਡਾਰੀ ਵੀਰ ਪੁੱਜੇ ਨੇ ਸਭਨਾਂ ਨੂੰ ਜੀ ਆਇਆਂ ਕਲੰਗੀਧਰ ਸਪੋਰਟਸ ਐਸੋਸੀਏਸ਼ਨ ਕਾਰਵਾਈ ਦੱਦਾ ਹੁਰੀਆ ਨੌਜਵਾਨਾਂ ਅਗਲੀ ਗੱਲ ਦੂਸਰੇ ਪਾਸੇ ਮੈਂ ਵੇਖਦਾ ਵੀ ਕਹਿੰਦੇ ਲੱਖੇ ਨੌ ਦਾ ਖਿਡਾਰੀ ਇਸ ਵਕਤ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਤੇ ਵਧਿਆ ਇਹ ਧਾਵੀ ਯਾਰ ਅੱਗੇ ਕਬੱਡੀ ਪਾਉਣ ਨੂੰ ਹੋ ਗਏ ਨੇ ਤਿਆਰ ਜਾਫੀ ਕੱਲਾ ਕੱਲਾ ਢਾਉਣ ਨੂੰ ਕਹਿਣ ਇੱਕ ਵਾਰੀ ਫੜੇ ਜਿਹੜਾ ਮੁੜ ਨਹੀਂ ਉਹ ਛੱਡਦਾ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਤਾਂ ਹੀ ਤਾਂ ਵੇਖੋ ਜ਼ੋਰ ਲੱਗਦਾ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਤਾਂ ਹੀ ਤਾਂ ਵੇਖੋ ਜ਼ੋਰ ਲੱਗਦਾ ਅੱਜ ਜ਼ੋਰ ਤੇ ਜਾਣ ਦੀ ਖੇਡ ਕਲੰਗੀਧਰ ਸਟੇਡੀਅਮ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਔਰ ਪਹਿਲੇ ਮੈਚ ਦੀ ਕਬੱਡੀ ਹੈ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਗੋਲੂ ਖੇਡ ਮੈਦਾਨ ਦੇ ਵੱਲ ਧਾਵਾ ਬੋਲ ਚੁੱਕਿਆ ਹੁਣ ਮੈਂ ਵੇਖਦਾ ਵੀ ਤਿੰਨ ਵੀਰ ਇਸ ਪਾਸੇ ਕੰਨੀ ਦੇ ਉੱਤੇ ਘੁੰਮਦੀ ਹੋਈ ਚੈਨ ਦੇ ਵਿੱਚੋਂ ਕਿਹੜਾ ਗੱਭਰੂ ਜੱਫਾ ਲਾਵੇਗਾ ਗੱਲ ਸਮਝਦੀ ਹੈ ਇੱਕ ਪਾਸੇ ਗੋਲੂ ਹੈ ਦੂਜੇ ਪਾਸੇ ਕਹਿੰਦੇ ਰਾਮਾ ਪਿੰਡ ਵੀ ਕਬੱਡੀ ਦੇ ਵਿੱਚ ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਉੱਥੇ ਕਹਿੰਦੇ ਵਧੀਆ ਕਬੱਡੀ ਖਿਡਾਰੀ ਪੈਦਾ ਕੀਤੇ ਨੇ ਰਾਮੇ ਪਿੰਡ ਵਾਲੇ ਨੇ ਇਸ ਵਕਤ
दर्शक वीरो एक कौकियां दी धरती दा अमना सुपर खिलाड़ी एक कहंदे जनेतपुरिया अमना किते अमन कुंडी दी खेड़ दी गल हुंदी है आए रामे पिंड दा लाडी दा पेंडू कहंदे ला के यफा काके दा पेंडू तन तन करवाउंदा होया ए आ रामे वाला अमना लखे दी फिर पैंदी होई कबड्डी किते गाजीपुरिए लखे दी गल हुंदी है के लल्ले नाल लखा है ससे नाल सरूर है गगे नाल गाजीपुरिया कौडी च मशहूर है कगे नाल घोड़ा है घोड़े वांगू पाजदा रज के सनका यारो लखा बड़ा फापदा एक पासे सड़ा वीर जीता पमाल अमरजीत दा पेंडू फैसले करदा दूसरे पासे सतगुर चनेड़ी पिंड वाला ददा हुरिया कारवाई गल नौजवाना मैं वेखदा वी आ वर्क ट्राई कीती हुई दे विचों कहिंदे पुठी कैंची पाई है के अपने दंद चीन दी कंध लोहे दे संद एहो जी कोई मजबूती ना जे पै जे पुठी कैंची एहो जी गल कसूती ना जे पै जे पुठी कैंची एहो जी गल कसूती ना ओदे कहिंदे गिल साहब वड्डियां जिम्मेवारियां स्टेज ते निभाउंदे ने हां जी आ जिहड़ा रैकोर्ड दा प्लेयर आ कबड्डी दा 75 किलो दा हुणे हुणे एंट्री करा के गया उस वीर नूं बेनती है कि वह आके प्रबंधकों नूं मिले हुणे ही रैकोर्ड का प्लेयर एंट्री करा के गया है कबड्डी 75 किलो की वह जल्दी आके साडे प्रबंधकों नूं मिले जी गिल साहब एक बेनती है जी पानी वाले सेवादार जी ड्यूटी जी दिया भेज दिओ थोड़े बड़े मिठे मिठे बोल ने बड़िया जिम्मेवारियां स्टेज सैक्रेटरी साहब दियां हरविंदर जी आप अगला मुकाबला बुला लीए जगराओं ते बदरा जी जगराओं ते बदरा होते ही बाबा हरनेक सिंह जी नानकसर वाले हरेक कबड्डी कपां ते ददा हुरी आ टाइम पॉइंटां दी सेवा करदे ने सिद्धमा दे कबड्डी कप दे बिंदर मडीला वालों मोटरसाइकिल दे सम्मान ने इस बाबा जी वाह बहुत बहुत मुबारकां बाबा जी इस कबड्डी कप ते जिहड़े सेवादार दी ड्यूटी लाई गई है कबड्डी ग्राउंड विच पानी ले जाण वास्ते ਉਹ ਜਲਦੀ ਤੋਂ ਜਲਦੀ ਕਬੱਡੀ ਗਰਾਊਂਡ ਵਿੱਚ ਪਾਣੀ ਪਹੁੰਚਦਾ ਕਰਨ ਜੋ ਸੇਵਾਦਾਰ ਪਾਣੀ ਵਾਸਤੇ ਡੇਲ ਕੀਤੇ ਨੇ ਉਹ ਜਲਦੀ ਕਬੱਡੀ ਗਰਾਊਂਡ ਵਿੱਚ ਪਾਣੀ ਲਿਜਾਣ ਦੀ ਕਿਰਪਾਲਤਾ ਕਰਨ ਉੱਥੇ ਹੀ ਅੱਜ ਵੱਡਾ ਧੰਨਵਾਦ ਕਰਦੇ ਹਾਂ ਸਾਡਾ ਵੀਰ ਕਹਿੰਦੇ ਵੱਡੇ ਯੋਗਦਾਨ ਨੇ ਅਵਤਾਰ ਕੈਨੇਡਾ ਸਵਰਗਵਾਸੀ ਜੰਗੀਰ ਸਿੰਘ ਜੀ ਔਰ ਨਾਲ ਅਮਨਦੀਪ ਕੈਨੇਡਾ ਸਨ ਆਫ ਡਾਕਟਰ ਜਸਪਾਲ ਸਿੰਘ ਜੀ 1,10,000 रुपए दे इस कबड्डी कप लई बहुत बड़ा माण है बहुत बहुत धन्यवाद इन्हां सज्जणां दा जो कनेडा च बसदे ने लाइव टैलीकास्ट कीता जा रहा मॉडिफाई स्कूटर देने ने लो कहिंदे आए गोलू किते गजण वाली है गोलू दी गल किते जलाल दी वाल दी धरती दे गोलू ने तकड़ी कबड्डी खेडी उधरले पासे रामे वाला आ लई कहिंदे लाली ने जफा लाया दर्शक वीरो लाली लाली ने कहिंदे तकड़ा यफा ला के पॉइंट अपनी टीम दे हिस्से जोड़िया वाह गभरूआ अज कहिंदे मेला लुटण वाली गल करदे दूजे पासे कहिंदे सुखा अगली कबड्डी पाउण दे लई खेड मैदान च कोई इक इक कौडी पैंदी लख लख दी ਲਈ ਜਾਂਦੇ ਪੇਚਾ ਪਾ ਕੇ ਖਿੱਚ ਖਿੱਚ ਕੇ ਅੱਜ ਵੇਖਦੇ ਆ ਕਿਹਦੇ ਵਿੱਚ ਦਮ ਮਿੱਤਰੋ ਕਿਹੜਾ ਜੰਗ ਜਿੱਤ ਗਏ ਇੱਧਰ ਲੰਬੀ ਰੇਸ ਦਾ ਘੋੜਾ ਗੱਭਰੂ ਭੱਜਿਆ ਉਹਦਾ ਪੈਂਟ ਆਪਣੀ ਟੀਮ ਦੇ ਹਿੱਸੇ ਜੋੜ ਦੇ ਵਿੱਚ ਸਫਲ ਹੁੰਦਾ ਹੋਇਆ ਲੈ ਵੀ ਠੂਰ ਮਾਰਿਆ ਕਰ ਗੱਲ ਕਰ ਲਓ ਪਿੰਦਰ ਨਾ ਹੈ ਔਰ ਭਾਰੀ ਜਿਹਾ ਸਰੀਰ ਉਧਰਲੇ ਪਾਸੇ ਦਰਸ਼ਕ ਵੀਰਿਓ ਕਹਿੰਦੇ ਨੌਜਵਾਨ ਨੇ ਕੋਸ਼ਿਸ਼ ਕੀਤੀ ਪਰ ਸਫਲਤਾ ਇਸ ਲੰਡੇ ਕਿਆ ਵਾਲੇ ਦੇ ਕਦਮ ਚੁੰਮਦੀ ਹੋਈ ਪਿੰਦਰ ਦੇ ਕਦਮ ਚੁੰਮਦੀ ਹੋਈ ਤਾਂ ਬਈ ਅਗਲੀ ਕਬੱਡੀ ਨੌਜਵਾਨਾਂ ਲੱਖਾਂ ਮੁੜਕੋ ਮੁੜਕੀ ਹੋ ਗਈ ਆ ਜਵਾਨੀ ਤੇ ਜਿਵੇਂ ਪੰਮੀ ਬਾਈ ਕਹਿੰਦਾ ਹੁੰਦਾ ਕਿ ਰੰਗ ਚੋ ਕੇ ਪ੍ਰਾਂਤ ਵਿੱਚ ਪੈ ਗਿਆ ਧੁੱਪੇ ਤੇ ਪਕਾਈਆਂ ਰੋਟੀਆਂ ਉਹ ਜੀ ਗੱਲ ਫੜਦਾ ਹੋਇਆ ਗਭਰੂ ਗੁੱਟ ਪਰ ਸਫਲਤਾ ਫਿਰ ਇਸ ਰਾਮੇ ਵਾਲੇ ਚੋਬਰ ਦੇ ਹਿੱਸੇ ਦੇ ਵਿੱਚ ਆਉਂਦੀ ਹੋਈ ਪੁਆਇੰਟ ਜਿਹੜਾ ਇਸ ਗਭਰੂ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਮੈਚ ਜਿਹੜਾ ਸਮਾਪਤ ਹੈ ਇਸ ਮੁਕਾਬਲੇ ਦੇ ਵਿੱਚ ਜਿਹੜੀ ਰਾਮੇ ਦੀ ਟੀਮ ਹੈ ਜੇਤੂ 12.5 ਅੰਕਾਂ ਦੇ ਨਾਲ 5 ਪੁਆਇੰਟ ਰਹੇ ਜੀ ਦੂਜੇ ਪਾਸੇ ਤੇ ਰਾਮੇ ਦੀ ਟੀਮ ਜਿਹੜੀ ਜੇਤੂ ਹੈ ਸੈਕਟਰੀ ਸਾਹਿਬ ਤੁਸੀਂ ਵੀ ਨੋਟ ਕਰ ਲਿਓ ਪਹਿਲੇ ਮੁਕਾਬਲੇ 'ਚ ਜਿਹੜੀ ਰਾਮੇ ਦੀ ਟੀਮ ਜਿੱਤ ਗਈ ਹੈ ਠੂਰ ਵਾਲੇ ਅਗਲੀਆਂ ਟੀਮਾਂ ਬੁਲਾ ਲਾ ਹਾਂਜੀ ਜਗਰਾਉਂ ਤੇ ਪਦਰਾ ਦੀ ਟੀਮ ਕੱਢ ਦਿੱਤੀ ਗਈ ਹੈ ਰਾਮੇ ਦੀ ਟੀਮ ਨੂੰ ਬੇਨਤੀ ਹੈ ਕਿ ਜੋ 500 ਰੁਪਏ ਦਾ ਇਨਾਮ ਥਾਣੇਦਾਰ ਸਰਦਾਰ ਜਗਤਾਰ ਸਿੰਘ ਜੀ ਵੱਲੋਂ ਲਾਇਆ ਗਿਆ ਸੀ ਉਹ ਮੇਰੇ ਕੋਲੇ ਆ ਕੇ ਆਪਣਾ ਨਾਮ ਪ੍ਰਾਪਤ ਕਰਨ ਅਸੀਂ ਦੋਨੋਂ ਟੀਮਾਂ ਕਰ ਦਿੱਤੀਆਂ ਨੇ ਵੀਰੇ ਜਗਰਾਉਂ ਤੇ ਪਦਰਾ ਵੀਰ ਜਿਹੜੀ ਟੀਮ ਟੀ ਸ਼ਰਟਾਂ ਅੰਦਰ ਲੈ ਕੇ ਆਊ ਉਹ ਟੀਮ ਵੀ ਕੱਟੀ ਜਾਣੀ ਹੈ ਇਹ ਸਾਡੇ ਰਾਜੂ ਵੀਰ ਵੱਲੋਂ ਬੇਨਤੀ ਹੈ
ਬਈ ਜਿਹੜੀ ਟੀਮ ਗਰਾਊਂਡ ਦੇ ਵਿੱਚ ਤੀਹ ਸ਼ਾਟਾਂ ਲੈ ਕੇ ਆਊ ਉਹ ਟੀਮ ਵੀ ਕੱਟੀ ਜਾਣੀ ਆ। ਇਹ ਨੋਟ ਕਰ ਲਿਓ, ਡਿਸਿਪਲਿਨ ਬਣਾ ਕੇ ਰੱਖਿਓ, ਖਿਡਾਰੀ ਵੀਰਿਓ ਮੇਰੀ ਬੇਨਤੀ ਆ, ਜਗਰਾਓ ਤੇ ਬਦਲਾ ਇਹ ਟੀਮ ਹੈਗੀ ਤਾਂ ਹੱਥ ਖੜਾ ਕਰੇ ਨਹੀਂ ਕੱਟ ਦਿੱਤੀਆਂ ਗਈਆਂ ਨੇ। ਆ ਗਈਆਂ ਵੀਰ ਬਦਰੇ ਦੀ ਟੀਮ ਬਦਰਾ, ਇੱਕ ਮਿੰਟ ਰੇਡਰਾਂ ਨੇ ਬਾਕਸ ਚ ਖੜਨਾ ਆ ਕੇ ਦੂਸਰੇ ਪਾਸਿਓਂ ਅਸੀਂ ਕੁਤਾਹੀ ਚੱਲਣੀ ਨਹੀਂ ਸਾਡੀ ਗਰਾਊਂਡ ਦੀ। ਬੇਨਤੀ ਆ ਤੁਹਾਨੂੰ ਗਰਾਊਂਡਾਂ ਵੱਲੋਂ ਬਈ ਤੁਸੀਂ ਬਾਕਸ ਦੇ ਵਿੱਚ ਖੜਨਾ ਸਾਰਿਆਂ ਨੇ। ਜਗਰਾਓ ਤੇ ਬਦਰਾ, ਜਲਾਲਾਬਾਦ ਤੇ ਡਾਲਾ, ਗਾਜ਼ੀਆਂ ਤੇ ਕੌਂਕੇ, ਕਮਾਲਪੁਰਾ ਤੇ ਸ਼ੇਰਪੁਰਾ ਇਹ ਟੀਮਾਂ ਜਲਦੀ ਨਾਲ। ਹਾਂਜੀ ਹਾਂਜੀ ਵੀਰ ਜੀ ਅਸੀਂ ਕੱਟ ਦੇਣੀਆਂ, ਬਦਰਾ ਕੱਟਤੀ ਵੀਰੇ, ਆ ਜਾ ਵੀਰ ਬਣ ਕੇ ਹੱਥ ਖੜੇ ਕਰਦਾ ਇੱਥੇ, ਹੁਣ ਅੰਦਰ ਆ ਜਾ, ਇੰਨਾ ਟਾਈਮ ਯਾਰ ਬਾਈ। ਹਾਂਜੀ ਜਲਾਲਾਬਾਦ ਤੇ ਡਾਲਾ ਇਹ ਸਾਡੀ ਬੇਨਤੀ ਆ, ਚੱਲਦੇ ਮੈਚ ਦਰਮਿਆਨ ਬਾਹਰਲੀ ਸਾਈਡ ਤਿਆਰ ਰਹਿਣਾ, ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਤੇ ਨਾ ਹੀ ਕਿਸੇ ਨੇ ਰੈਫਰੀ ਨਾਲ ਕਿੰਤੂ ਪਰੰਤੂ ਕਰਨਾ। ਇੱਕ ਵੀਰ ਗੱਲ ਨੋਟ ਕਰ ਲਿਓ ਖਿਡਾਰੀ ਵੀਰਿਓ, ਜਿਹੜੀ ਟੀਮ ਨੇ ਗਰਾਊਂਡ ਦੇ ਵਿੱਚ ਇੱਕ ਵੀ ਸ਼ਬਦ ਗਲਤ ਬੋਲਿਆ ਜਾਂ ਹੱਥੋਂ ਪਾਈ ਹੋਈ ਰੈਫਰੀਆਂ ਨਾਲ ਕਿੰਤੂ ਪਰੰਤੂ ਕੀਤਾ, ਉਹ ਸਾਡੀ ਪ੍ਰਬੰਧਕੀ ਕਮੇਟੀ ਵੱਲੋਂ ਬੇਨਤੀ ਵੀ ਆ, ਚੇਤਾਵਨੀ ਆ, ਅਸੀਂ ਦੋਨੋਂ ਟੀਮਾਂ ਬਿਨਾਂ ਦੱਸੇ ਕੱਟ ਦੇਣੀਆਂ ਨੇ। ਇਹ ਨੋਟ ਕਰ ਲਿਓ, ਕਿਸੇ ਨੇ ਵੀ ਇੱਥੇ ਗਾਲੀ ਗਲੋਚ ਜਾਂ ਲੜਨਾ ਨਹੀਂ, ਖੇਡ ਦੀ ਭਾਵਨਾ ਦੇ ਨਾਲ ਖੇਡਣਾ। ਇੱਕ ਪਾਸੇ ਫੁੱਟਬਾਲ ਦੇ ਬੜੇ ਸ਼ਾਨਦਾਰ ਨਜ਼ਾਰੇ ਤੇ ਦੂਸਰੇ ਪਾਸੇ ਹਾਕੀ ਦੇ ਨਜ਼ਾਰੇ, ਐਨਆਰਆਈ ਵੀਰਾਂ ਦੀ ਦੇਣ, ਏਐਸ ਸਪੋਰਟਸ ਵਾਲਿਆਂ ਦਾ ਧੰਨਵਾਦ। ਰੰਗ ਬਿਰੰਗੇ ਚੰਡੇ ਕੇ ਫੁੱਲਾਂ ਉੱਤੇ ਪੌਰੇ ਨੱਚਣ, ਬੱਦਲ ਵਿੱਚ ਅਸਮਾਨਾਂ, ਕੁੜੀਆਂ ਇਕੱਠੀਆਂ ਹੁਣ ਤਰਿੰਜਣਾ, ਗੱਭਰੂ ਵਿੱਚ ਬਦਾਨਾ। ਦਦਾਹੁਰ ਜੀ ਕਰਵਾਓ ਮੈਂ ਸ਼ੁਰੂ ਜੀ। ਹਾਂਜੀ ਇੱਕ ਦਾਨੀ ਵੀਰਾਂ ਵਾਸਤੇ ਜ਼ਰੂਰੀ ਸੂਚਨਾ ਹੈ ਕਿ ਜਿਨ੍ਹਾਂ ਵੀ ਵੀਰਾਂ ਨੇ ਟੂਰਨਾਮੈਂਟ ਵਾਸਤੇ ਮਾਇਆ ਦੇ ਵੱਡੇ ਯੋਗਦਾਨ ਪਾਏ ਹਨ ਉਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ। ਜਿਹੜੇ ਵੀਰਾਂ ਨੇ ਆਪਣੀ ਮਾਇਆ ਲਿਖਵਾਈ ਹੋਈ ਹੈ, ਹਲੇ ਟੂਰਨਾਮੈਂਟ ਕਮੇਟੀ ਪਾਸ ਨਹੀਂ ਪਹੁੰਚੀ, ਉਹਨਾਂ ਨੂੰ ਵੀ ਬੇਨਤੀ ਹੈ ਆਪੋ ਆਪਣੀ ਮਾਇਆ ਕਮੇਟੀ ਪਾਸ ਪਹੁੰਚਾਉਣ ਦੀ ਕਿਰਪਾਲਤਾ ਕਰਨ। ਫਿਰ ਦੱਸਿਆ ਜਾਂਦਾ ਹੈ ਕਿ ਮਾਣ ਸਨਮਾਨ ਸ਼ੁਰੂ ਹਨ, ਜਿਨ੍ਹਾਂ ਵੀ ਵੀਰਾਂ ਨੇ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਵਾਸਤੇ ਵੱਡੇ ਯੋਗਦਾਨ ਮਾਇਆ ਦੇ ਪਾਏ ਹਨ। ਇਸ ਤੋਂ ਇਲਾਵਾ ਜਿਹੜੇ ਵੀਰ ਹਲੇ ਮਾਇਆ ਲਿਖਾਈ ਹੋਈ ਹੈ, ਕਮੇਟੀ ਪਾਸ ਮਾਇਆ ਜਮ੍ਹਾਂ ਨਹੀਂ ਕਰਵਾਈ, ਉਹ ਕਰਵਾਉਣ ਅਤੇ ਆਪੋ ਆਪਣੇ ਮਾਣ ਸਨਮਾਨ ਲੈਣ ਦੀ ਕਿਰਪਾਲਤਾ ਕਰਨ। ਹਾਂਜੀ ਫੋਟੋਗ੍ਰਾਫਰ ਵੀਰ ਨੂੰ ਬੇਨਤੀ ਹੈ ਕਿ ਉਹ ਮੁੱਖ ਸਟੇਜ ਤੇ ਪਹੁੰਚੇ। ਫੋਟੋਗ੍ਰਾਫਰ ਵੀਰ ਉਧਰ ਸਾਡੇ ਗਿੱਲ ਸਾਹਿਬ ਸਟੇਜ ਤੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਨਾਲ ਜੱਗੇ ਹੋਰੀ ਪ੍ਰਧਾਨ ਬਿੱਲੂ ਜੀ ਜਿਹੜੇ ਆਏ ਹੋਏ ਮਹਿਮਾਨਾਂ ਨੂੰ ਜੀ ਐ ਕਹਿੰਦੇ ਨੇ, ਉਹਨਾਂ ਦਾ ਮਾਣ ਸਨਮਾਨ ਵੀ ਕਰਦੇ ਨੇ, ਧੰਨਵਾਦ ਕਰਦੇ ਹਾਂ। ਸੂਚੀ ਮੈਨੇਜਮੈਂਟ ਕਮੇਟੀ ਦਾ ਜਿਹੜੇ ਕਲਗੀਧਰ ਸਟੇਡੀਅਮ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਮਾਇਕ ਤੇ ਗਿੱਲ ਸਾਹਿਬ ਓਵਰ ਟੂ ਸਟੇਜ। ਹਾਂਜੀ ਹੁਣ ਉਹਨਾਂ ਵੀਰਾਂ ਦੇ ਨਾਂ ਅਨਾਊਂਸ ਕੀਤੇ ਜਾਣਗੇ ਜਿਨ੍ਹਾਂ ਨੇ ਮਾਣ ਸਨਮਾਨ ਕਰਨੇ ਹਨ। ਹਾਂਜੀ ਇੱਕ ਮਿੰਟ ਜੀ, ਸਾਢੇ 12 ਜਾਂ 13 ਜੀ ਦੇ ਪਹਿਲਾਂ ਹੋਣਗੇ ਉਹ ਜੇਤੂ ਹੋਵੇਗਾ, ਨੋਟ ਕਰ ਲਿਓ ਜੀ, ਇਹ ਨੋਟ ਕਰ ਲਿਓ ਟੀਮਾਂ ਵਾਲੇ, ਸਾਢੇ ਜਾਂ 12-13 ਦਾ ਮੈਚ ਹੋਵੇਗਾ। ਔਰ ਮੇਰੀ ਬੇਨਤੀ ਹੈ ਖਿਡਾਰੀ ਵੀਰ ਨੂੰ ਪਿਆਰ ਦੀ ਖੇਡ ਖੇਡਣੀ ਹੈ, ਕਿਸੇ ਨੇ ਰੈਫਰੀ ਨਾਲ ਕਿੰਤੂ ਪਰੰਤੂ ਨਹੀਂ ਕਰਨਾ, ਇਹ ਚੇਤਾਵਨੀ ਵੀ ਹੈ, ਬੇਨਤੀ ਹੈ ਅਸੀਂ ਸਪੋਰਟਸ ਐਸੋਸੀਏਸ਼ਨ ਵੱਲੋਂ ਆਪ ਸਭ ਨੂੰ ਕਲੰਗੀਧਰ ਵੱਲੋਂ। ਹੈਲੋ ਹੈਲੋ
ਕਹਿੰਦੇ ਜੱਸਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਚ ਪਹਿਲੀ ਕਬੱਡੀ ਪਾਉਣ ਦੇ ਲਈ ਧਾਵਾ ਬੋਲਦਾ। ਦੂਜੇ ਪਾਸੇ ਬਦਰੇ ਦੀ ਟੀਮ ਅੱਜ ਕੱਲ ਕਬੱਡੀ ਕੱਪਾਂ ਤੇ ਪ੍ਰਸਿੱਧ ਟੀਮ ਬਣੀ ਆ। ਆ ਜਾਫੀ ਕਹਿੰਦੇ ਵੱਖ ਵੱਖ ਖੇਡ ਮੇਲਿਆਂ ਦਾ ਸ਼ਿਕਾਰ ਮੇਜਰ ਸਿੰਘ ਮਿਰਗ ਕਬੱਡੀ ਦਾ ਰੁਸਤਮ ਜਾਫੀ ਲਾ ਕੇ ਤਕੜਾ ਜਫਾ। ਪਹਿਲਾ ਅੰਕ ਜਿਹੜਾ ਇਸ ਵਕਤ ਬਦਰੇ ਦੀ ਟੀਮ ਦੀ ਜੋੜਦਾ। ਜੇ ਗੱਲ ਕਰੀਏ ਬਜਰੀ ਕਬੱਡੀ ਦੇ ਵਿੱਚ ਇਹਨਾਂ ਖਿਡਾਰੀਆਂ ਦਾ ਨਾਮ ਬੋਲਦਾ ਮੇਰੇ ਦਰਸ਼ਕ ਵੀਰਿਓ, ਬਦਰੇ ਦੀ ਧਰਤੀ ਦਾ ਨਿੱਕਾ ਕਹਿੰਦੇ ਵੱਖ ਵੱਖ ਖੇਡ ਮੇਲਿਆਂ ਤੇ ਖੇਡਦਾ, ਚਾਉ ਦੇ ਖੇਡ ਮੇਲੇ ਦਾ ਬਿਸ਼ਟ ਧਾਵੀ ਇਸ ਵਕਤ ਧਾਵਾ ਬੋਲਦਾ ਹੋਇਆ ਕਿ ਪਹਿਲਾਂ ਜਿਹਦਾ ਮੁੱਲ ਸੀ ਕਬੱਡੀ ਖਾਂਦੀ ਸੀ ਬਸ ਖੇਡੇ, ਹੁਣ ਤਾਂ ਜੋ ਵੀ ਜੁੜਿਆ ਨਾਲ ਕਬੱਡੀ ਵਿੱਚ ਨੋਟਾਂ ਦੇ ਖੇਡੇ ਹਾਕਮ ਵਾਲੀ ਆ ਫੜ ਲਈ ਹੁਣ ਰਫਤਾਰ ਕਬੱਡੀ ਨੇ, ਆ ਪਿੰਡਾਂ ਵਾਲੇ ਮੁੰਡੇ ਬਣਾਤੇ ਸਟਾਰ ਕਬੱਡੀ ਨੇ, ਆ ਪਿੰਡਾਂ ਵਾਲੇ ਗੱਭਰੂ ਬਣਾਤੇ ਸਟਾਰ ਕਬੱਡੀ ਨੇ। ਔਰ ਦੂਸਰੇ ਪਾਸੇ ਮੈਂ ਵੇਖਦਾ ਵੀ ਜਗਰਾਓਂ ਦੀ ਟੀਮ ਦੇ ਵੱਲੋਂ ਆ ਗੱਭਰੂ ਨੇ ਪਾਈ ਹੈ ਕਬੱਡੀ ਤੇ ਕੋਟ। ਹਾਂਜੀ ਇੱਕ ਮਿੰਟ ਜੀ, ਸਾਡੇ ਨਗਰ ਦੇ ਸਰਪੰਚ ਸਰਦਾਰ ਜਸਪ੍ਰੀਤ ਸਿੰਘ ਜੀ ਕੋਈ ਜ਼ਰੂਰੀ ਕੰਮਾਂ ਤੋਂ ਵਿਹਲੇ ਹੁੰਦੇ ਹੋਏ ਸਟੇਡੀਅਮ ਵਿੱਚ ਪਹੁੰਚੇ ਹਨ। ਉਹਨਾਂ ਨੂੰ ਸਟੇਡੀਅਮ ਵਿੱਚ ਪਹੁੰਚਣ 'ਤੇ ਜੀਆਂ ਆਖਿਆ ਜਾਂਦਾ ਹੈ। ਜਸਪ੍ਰੀਤ ਸਿੰਘ ਜੀ ਸਰਪੰਚ ਕਮਾਲਪੁਰਾ ਜੋ ਆਪਣੇ ਜ਼ਰੂਰੀ ਕੰਮਾਂ ਕਾਜਾਂ ਤੋਂ ਵਿਹਲੇ ਹੋ ਕੇ ਹੁਣ ਪਹੁੰਚੇ ਹਨ। ਨਾਲ ਹੀ ਉੱਥੇ ਧੰਨਵਾਦ ਮੈਂਬਰ ਜੀ ਪੱਤੀ ਸਮਰਾ, ਉਹਨਾਂ ਨੂੰ ਵੀ ਜੀ ਆਇਆਂ ਆਖਿਆ ਜਾਂਦਾ ਹੈ ਜੀ, ਧੰਨਵਾਦ ਜੀ। ਉੱਥੇ ਹੀ ਧੰਨਵਾਦ ਕਰਦੇ ਹਾਂ ਸਾਡਾ ਵੀਰ ਹਰਪ੍ਰੀਤ ਆਸਟ੍ਰੇਲੀਆ 'ਚ ਵੱਸਦਾ, ਔਰ ਨਾਲ ਗੁਰਵਿੰਦਰ ਸਿੰਘ ਸਨਫ ਗੋਪਾਲ ਸਿੰਘ ਜੀ 71,000 ਰੁਪਏ ਇਹ ਵੀਰਾਂ ਵੱਲੋਂ ਇਸ ਕਬੱਡੀ ਕੱਪ ਲਈ ਪੁੱਜੇ ਨੇ। ਜਸਪ੍ਰੀਤ ਦੇ ਭਰਾ ਨੇ ਹਰਪ੍ਰੀਤ ਸਿੰਘ ਜੀ ਆਸਟ੍ਰੇਲੀਆ ਦੇ ਵਾਸਤੇ ਉਹਨਾਂ ਵੱਲੋਂ 71,000 ਰੁਪਏ, ਹਿੰਮਤ ਸਿੰਘ ਜੀ ਸੇਖੋਂ ਉਹਨਾਂ ਵੱਲੋਂ ਕਨੇਡਾ ਨਿਵਾਸੀ ਨੇ, ਬਾਬੂ ਚੰਨਣ ਸਿੰਘ ਜੀ ਵਾਸੀ ਉਹਨਾਂ ਵੱਲੋਂ 51,000 ਰੁਪਇਆ, ਬਲਵਿੰਦਰ ਸਿੰਘ ਜੀ ਹੰਸਰਾ ਪ੍ਰਧਾਨ ਨੇ ਕਲਗੀਰਤਾ ਸਪੋਰਟਸ ਕਲੱਬ ਦੇ ਉਹਨਾਂ ਵੱਲੋਂ 51,000 ਰੁਪਏ, ਅਮਨ ਹੰਸਰਾ ਪਵਨ ਹੰਸਰਾ ਆਸਟ੍ਰੇਲੀਆ 'ਚ ਵੱਸਦੇ ਨੇ ਸਾਡੇ ਵੀਰ, ਔਰ ਸੂਬੇਦਾਰ ਨਿਰਮਲ ਸਿੰਘ ਜੀ ਸਾਹਮਣੇ ਸਜੇ ਬੈਠੇ ਨੇ। ਇੱਕ ਮਿੰਟ ਜੀ, ਤੇ ਕਲੀਚਾਲਾ ਦੋਨੇ ਟੀਮਾਂ ਨੂੰ ਬੇਨਤੀ ਆ ਤਿਆਰ ਹੋ ਕੇ ਗਰਾਊਂਡ 'ਚ ਆ ਜਾਣ ਜੀ। 31,000 ਕਲੀਚਾਲਾ 70 ਕਿਲੋ ਦਾ ਵਾਰਥੇ ਦੇ ਕਮਾਲਪੁਰਾ ਉਹਨਾਂ ਵੱਲੋਂ ਆ ਜੀ। ਲਓ ਦਰਸ਼ਕ ਵੀਰੋ, ਇੱਕ ਲਾਲੀ ਉੜੰਚਾ ਵਾਲੇ ਦੀ ਤਕੜੀ ਕਬੱਡੀ ਖੇਡੀ, ਆ ਲਾਲੀ ਨੌਜਵਾਨ ਅੱਜ ਕਮਾਲਪੁਰੇ ਦੀ ਧਰਤੀ ਤੇ ਪੂਰਾ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੋਇਆ, ਚਾਰ ਪਾਸੇ ਜਗਰਾਓ ਰੋਸ਼ਨੀ ਬੜੀ ਮਸ਼ਹੂਰ ਕਿ ਗੱਡਿਆਂ ਵਾਲਿਆਂ ਗੱਡੀਆਂ ਰੋਕ ਲਈਆਂ, ਗੱਡਿਆਂ ਵਾਲਿਆਂ ਗੱਡੇ ਨਹੀਂ ਜਿਹੜੇ ਪਲੇਅਰ 75 ਦੇ ਹਲੇ ਬਾਹਰ ਖੜੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਇੱਕ ਜਗ੍ਹਾ ਇਕੱਠੇ ਹੋ ਕੇ ਬੈਠ ਜਾਓ ਤਾਂ ਕਿ ਪਿੱਛੇ ਦਰਸ਼ਕਾਂ ਨੂੰ ਦਿੱਕਤ ਨਾ ਆਵੇ। ਕਹਿੰਦੇ ਅਗਲੀ ਟੀਮ ਦੇ ਵਿੱਚ ਦੁਨੀਆ ਦੇ ਰੋਸਤਮ ਜਾਫੀ ਖੇਡਣਗੇ। ਆਹ ਮੈਚ ਵੀ ਬੜਾ ਤਕੜਾ, ਇੱਕ ਪਾਸੇ ਆ ਮੁੰਡੇ ਦਾ ਪਿੰਡ ਕਹਿੰਦੇ ਕੋਟੜਾ ਜਿਹੜਾ ਵੱਧ ਕੇ ਜੱਫਾ ਲਾ ਕੇ ਬਦਰੇ ਦੀ ਟੀਮ ਜੋੜਦਾ। ਆ ਜਿਹੜੇ ਕਬੱਡੀ ਦੇ ਜੰਗਲੇ ਦੇ ਨਾਲ ਨਾਲ ਦਰਸ਼ਕ ਵੀਰ ਖੜੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਡੀਅਮ ਤੇ ਬੈਠਣ ਵੀਰ, ਕਿਉਂਕਿ ਉੱਥੋਂ ਬਹੁਤ ਵਧੀਆ ਨਜ਼ਾਰੇ ਨਾਲ ਮੈਚ ਦੇਖਿਆ ਜਾ ਸਕਦਾ ਹੈ। ਜੇ ਤੁਸੀਂ ਇੱਥੇ ਖੜੋਗੇ ਥੋਤੋਂ ਬਾਅਦ 'ਚ ਹੋਰ ਵੀ ਆਉਣਗੇ, ਫਿਰ ਜੋ ਪਿੱਛੇ ਸਟੇਡੀਅਮ ਤੇ ਦਰਸ਼ਕ ਬੈਠੇ ਹਨ ਉਹਨਾਂ ਨੂੰ ਦਿੱਕਤ ਆਊਗੀ, ਫਿਰ ਮੁਲਾਜ਼ਮ ਬੁਲਾ ਕੇ ਤੁਹਾਨੂੰ ਇੱਥੋਂ ਪਰੇ ਕਰਨਾ ਪਊ। ਬੇਨਤੀ ਆ ਹੱਥ ਬੰਨ ਕੇ ਕਿਰਪਾ ਕਰਕੇ ਸਟੇਡੀਅਮਾਂ ਦੀਆਂ ਪੌੜੀਆਂ ਤੇ ਜਾ ਕੇ ਬੈਠਣ ਦੀ ਕਿਰਪਾਲਤਾ ਕਰੋ ਜੀ। ਬਹੁਤ ਬਹੁਤ ਧੰਨਵਾਦ। ਉਧਰ ਕਬੱਡੀ ਦਾ ਮਹਾਨ ਬੁਲਾਰਾ, ਵੱਖ ਵੱਖ ਖੇਡ ਮੇਲਿਆਂ ਦਾ ਸ਼ਿੰਗਾਰ ਆ ਸਾਡਾ ਵੀਰ, ਜਿੱਥੇ ਹੇਰਾ ਵਾਲਾ ਸਤਪਾਲ ਪੁੱਜਿਆ ਉੱਥੇ ਜਿਹੜੇ ਵੀਰ ਨੂੰ ਮੋਢੀ ਪਾਈ ਸਕੂਟਰ ਦੇ ਨਾਲ ਮਾਣ ਸਨਮਾਨ ਦਿੱਤਾ ਜਾਣਾ। ਚੈੱਕ ਭਾਈ ਕੈਂ ਵਾਲਾ ਬਿੱਟੂ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕਿਆ। ਅਸੀਂ ਸਮੁੱਚੀ ਟੂਰਨਾਮੈਂਟ ਕਮੇਟੀ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆ ਯਾਫੀ ਕਹਿੰਦੇ ਬਦਰੇ ਪਿੰਡ ਵਾਲਾ, ਔਰ ਦੂਜੇ ਪਾਸੇ ਬੰਟੀ ਪੈਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਲਾਲੀ ਨੌਜਵਾਨਾਂ ਪਾ ਵੀ ਕਬੱਡੀ ਅੱਜ ਕਲਗੀਧਰ ਸਟੇਡੀਅਮ ਦੇ ਵਿੱਚ ਦਸਮ ਪਿਤਾ ਦਾ ਸਰੂਪ ਆਸ਼ੀਰਵਾਦ ਕਿ ਬਾਜਾਂ ਵਾਲੇ ਨੇ ਮਾਰ ਕੇ ਪਿਤਾ ਆਪਣਾ ਲਾਜ ਰੱਖ ਲਈ ਹਿੰਦੁਸਤਾਨੀਆਂ ਦੀ, ਪਹਿਲੇ ਨੰਬਰ ਤੇ ਸਦਾ ਪੰਜਾਬ ਆਉਂਦਾ, ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ। ਹਰੀ ਸਿੰਘ ਨਲੂਏ ਨੇ ਐਸੀ ਤਾਂਗ ਪਾਈ ਕੌਮ ਅੱਜ ਵੀ ਡਰੇ ਅਫਗਾਨੀਆਂ ਦੀ, ਮੱਖਣ ਬਰਾੜਾ ਫਿਰ ਊਧਮ ਸਿੰਘ ਦਾ ਨਾਂ ਸੁਣ ਕੇ ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀ, ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀ। ਜਗਰਾਓਂ ਵਾਲੋ
ਜੱਸੇ ਦੀ ਪੈਂਦੀ ਹੋਈ ਕਬੱਡੀ ਉਧਰਲੇ ਪਾਸੇ ਬਰਨਾਲੇ ਜ਼ਿਲ੍ਹੇ ਨੂੰ ਬਿਲੋਂਗ ਕਰਦਾ। ਕਹਿੰਦੇ ਬਦਲੇ ਵਾਲਾ ਚੋਪਰ ਕੋਸ਼ਿਸ਼ ਕਰਦਾ ਪਰ ਸਫਲਤਾ ਇਸ ਧਾਵੀ ਦੇ ਕਦਮ ਚੁੰਮਦੀ ਹੈ। ਇਸ ਖਿਡਾਰੀ ਦਾ ਨਾਂ ਨੇਕਾ ਦਰਸ਼ਕ ਵੀਰੋ, ਇੱਕ ਅਖਾੜੇ ਦੀ ਧਰਤੀ ਦਾ ਨੇਕਾ, ਪਿੰਡ ਹੈ ਅਖਾੜਾ, ਲੋਕੋ ਕੋਲ ਜਗਰਾਵਾਂ ਦੇ ਡੱਕ ਲੈਂਦਾ ਨਾਲ ਲਾ ਕੇ ਜ਼ੋਰ ਨਾਲ ਬਾਹਾਂ ਦੇ। ਆ ਨਿੱਕਾ ਨਾ ਏ ਛੋਟਾ, ਕਾਤਾ ਨਾ ਛੋਟਾ ਏ, ਪਰ ਖਿਡਾਰੀ ਬਹੁਤ ਤਕੜਾ ਵੱਡੀ ਖੇਡ ਦਾ ਪ੍ਰਦਰਸ਼ਨ ਕਰਦਾ। ਨਿੱਕਾ ਬਦਰੇ ਵਾਲਾ ਗੁੰਦਿਆ ਹੋਇਆ ਸਰੀਰ ਕੇ ਪਾਲਿਆ ਹੈ ਅੰਮੀ ਨੇ, ਖਵਾ ਕੇ ਚੂਰੀਆਂ ਕੀਤੀਆਂ ਬਾਪੂ ਨੇ ਸਭ ਰੀਝਾਂ ਪੂਰੀਆਂ। ਔਰ ਮੇਰੀ ਬੇਨਤੀ ਹੈ ਇਸ ਤੋਂ ਅਗਲੇ ਮੁਕਾਬਲੇ ਲਈ ਜਲਾਲਾਬਾਦ ਤੇ ਡਾਲਾ, ਗਾਜ਼ੀਆਣਾ ਦੇ ਕੌਂਕੇ, ਕਮਾਲਪੁਰਾ ਤੇ ਸ਼ੇਰਪੁਰਾ, ਉੱਥੇ ਬਿੱਟੂ ਚੱਗ ਭਾਈਕਿਆਂ ਵਾਲਾ ਪੁੱਜਿਆ। ਧੰਨਵਾਦ ਸਾਡੇ ਵੀਰ ਦਾ ਸਤਪਾਲ ਹੇਰਾਂ ਜੀ ਨਾਲ ਵੀ, ਹਾਂਜੀ ਇਹਨਾਂ ਵੀਰਾਂ ਦਾ ਧੰਨਵਾਦ। ਹਾਂਜੀ ਜੋ ਮੈਚ ਚੱਲ ਰਿਹਾ ਇਸ ਮੈਚ ਦੇ ਵਿੱਚੋਂ ਜਿਹੜੀ ਟੀਮ ਜੇਤੂ ਹੋਊਗੀ ਉਹਦੇ ਵਾਸਤੇ ਸਰਦਾਰ ਚਰਨਜੀਤ ਸਿੰਘ ਜੀ ਵਾਸੀ ਕੈਨੇਡਾ ਵਾਲਿਆਂ ਵੱਲੋਂ 500 ਰੁਪਈਏ ਦਾ ਨਾਮ ਆ ਗਿਆ। ਮੈਚ ਸਮਾਪਤ ਹੁੰਦਿਆਂ ਹੀ ਉਹ ਟੀਮ ਮੇਰੇ ਕੋਲੋਂ ਨਾਮ ਲੈ ਜਾਣ ਜੀ। ਇਹ ਕਹਿੰਦੇ ਖਾਸੀਅਤ ਆ ਇਸ ਖੇਡ ਮੇਲੇ ਦੀ, ਜਿੰਨੀਆਂ ਵੀ ਟੀਮਾਂ ਖੇਡਦੀਆਂ ਸਾਡੇ NRI ਵੀਰ ਹਜ਼ਾਰਾਂ ਰੁਪਈਆ ਇੱਕ ਇੱਕ ਮੈਚ ਨੂੰ ਦੇ ਕੇ ਖਿਡਾਰੀਆਂ ਦੇ ਵੱਡੇ ਮਾਣ ਸਨਮਾਨ ਕਰਦੇ ਨੇ। ਉੱਥੇ ਇਸ ਕਲੱਬ ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਨਿੱਜੀ ਤੌਰ ਤੇ ਬਲਵਿੰਦਰ ਸਿੰਘ ਜੀ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਬਾਈ ਜੱਗੇ ਹੋਰੀ ਨਿਭਾਉਂਦੇ ਨੇ, ਆਏ ਹੋਏ ਮਹਿਮਾਨਾਂ ਨੂੰ ਸਤਿਕਾਰ ਨਾਲ ਬਹਾਉਂਦੇ ਨੇ, ਬਹੁਤ ਹੀ ਵੱਡਾ ਪ੍ਰਬੰਧ ਹੈ, ਲੱਖ ਲੱਖ ਮੁਬਾਰਕਾਂ ਨੇ ਅੱਜ ਕਮਾਲਪੁਰੇ ਨਗਰ ਦੇ ਵਿੱਚ ਤੇ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੂੰ ਗੱਡੀ ਦਾ ਵਿੱਚ ਕਮਾਲਪੁਰੇ ਮੇਲਾ ਲੱਗਿਆ ਮਾਂ ਖੇਡ ਕਬੱਡੀ ਦਾ, ਲੱਖ ਲੱਖ ਮੁਬਾਰਕਾਂ ਮਾਇਕ ਤੇ ਕਮਲ ਠੂਰ ਜੀ। ਬਹੁਤ ਮੇਰੀ ਬੇਨਤੀ ਹੈ ਕਿ ਕੋਈ ਖੇਡਦਾ ਕ੍ਰਿਕਟ ਕਿਸੇ ਦੀ ਕੌਡੀ ਚ ਸਰਦਾਰੀ, ਮਿੱਤਰਾਂ ਨੂੰ ਫੁੱਟਬਾਲ ਜਾਣ ਤੋਂ ਪਿਆਰੀ। ਫੁੱਟਬਾਲ ਦੇ ਮੁਕਾਬਲੇ ਕਲੰਗੀਧਰ ਕਲੱਬ ਕਮਾਲਪੁਰਾ ਤੇ ਕਿਲੀ ਚਾਲਾਂ ਦੀ ਟੀਮ ਦਾ ਇਸ ਤੋਂ ਅਗਲਾ ਮੁਕਾਬਲਾ, ਇਹ ਟੀਮਾਂ ਤਿਆਰੀ ਰੱਖਣ। ਜਲਾਲਾਬਾਦ ਤੇ ਡਾਲੇ ਦੀ ਟੀਮ ਸੈਂਟਰ ਲਾਈਨ ਤੇ ਆਓ ਵੀਰ। ਜਿਹੜੀ ਗੁਰੀ ਵੀਰੇ ਨੋਟ ਕਰੀ ਬਾਈ ਮਨੀ ਹੋਰੀ ਕਬੱਡੀ ਦੇ ਜਿਹੜੇ ਇੰਚਾਰਜ ਨੇ, ਬਦਰੇ ਦੀ ਟੀਮ ਜਿੱਤ ਗਈ ਹੈ 12.5 ਅੰਕਾਂ ਦੇ ਨਾਲ, 7 ਟੀਮ ਰਹੇ ਨੇ 7 ਅੰਕ ਜਿਹੜੇ ਜਗਰਾਉਂ ਦੇ, ਬਦਰੇ ਦੀ ਟੀਮ ਜਿਹੜੀ ਜੇਤੂ ਹੈ ਸਟੇਜ ਦੇ ਉੱਤੇ। ਮੇਰੀ ਬੇਨਤੀ ਹੈ ਬਾਈ ਗੁਰੀ ਕਿੱਥੇ ਕੁ ਬੈਠਾ ਇੱਕ ਵਾਰੀ ਹੱਥ ਖੜਾ ਕਰ ਦਿਆ ਕਰ। ਧੰਨਵਾਦ ਵੀਰੇ, ਸਾਡੇ ਕਬੱਡੀ ਦੇ ਇੰਚਾਰਜ ਨੇ ਬਾਈ ਮਰੀ ਹੋਰੀ ਨਾਲ ਰਾਜੂ ਹੋਰੀ ਜਿਹੜੇ ਨਿੱਜੀ ਤੌਰ ਤੇ ਸਾਡੇ ਦੋਸਤ ਵੀ ਨੇ। ਹਾਂ ਵੀ ਟੀਮਾਂ ਬੁਲਾਲਾ ਵੀਰ। ਹਾਂਜੀ ਜਲਾਲਾਬਾਦ ਆ ਗਈ ਵੀਰ, ਡਾਲਾ ਜਲਾਲਾਬਾਦ ਆ, ਜਲਾਲਾਬਾਦ ਦੀਆਂ ਸਿੰਧੂ ਤੇ ਬੱਦੋ ਵਾਲੀਆਂ ਸ਼ੇਰੂ, ਕਹਿੰਦੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਅੱਜ ਇਹਨਾਂ ਗਰਾਊਂਡਾਂ ਦੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨੇ। ਦੋ ਦੋ ਵੀ ਕਬੱਡੀਆਂ ਦੇ ਵਿੱਚ ਜਿਹੜੇ ਖੇਡਦੇ ਨੇ ਇਹ ਵੱਖ ਵੱਖ ਪਿੰਡਾਂ ਨੂੰ ਮਾਣ ਮਿਲਿਆ। ਉਧਰ ਜਲਾਲਾਬਾਦੀਆ ਸਿੰਧੂ ਵੀ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਹੋਇਆ, ਉਧਰ ਕਹਿੰਦੇ ਬੱਦੋ ਵਾਲੀਆ ਸ਼ੇਰੂ ਇਸ ਵਾਰ ਮੋਟਰਸਾਈਕਲ ਦੇ ਨਾਲ ਵੀ ਜਵਾਨਾਂ ਤੈਨੂੰ ਮੁਬਾਰਕਾਂ ਨੇ। ਕਹਿੰਦੇ ਜਰਗੜੀ ਦੀ ਟੀਮ ਦੇ ਵੱਲੋਂ ਮਾਣ ਸਨਮਾਨ ਦਿੱਤਾ ਸਾਡੇ ਵੀਰ ਨੂੰ। ਵੱਖ ਵੱਖ ਖੇਡ ਮੇਲਿਆਂ ਤੇ ਇਹ ਖਿਡਾਰੀ ਦੀ ਚਰਚਾ ਹੁੰਦੀ ਹੈ। ਇੱਧਰ ਜਲਾਲਾਬਾਦੀਆ ਸਿੰਧੂ, ਇੱਕ ਮਿੰਟ ਵੀਰ ਜੀ, ਇੱਕ ਮਿੰਟ ਵੀਰ ਜੀ, ਬਣ ਕੇ ਡਾਲੇ ਦੀ ਟੀਮ ਨੂੰ ਕੱਟਣ ਲੱਗੇ ਆ। ਆ ਗਏ ਵੀਰ, ਆਉਂਦੇ ਨੇ, ਬੱਸ ਚ ਉਤਰਦੇ ਆ ਕਿ ਇੱਥੇ ਆਉਂਦੇ ਆ? ਠੀਕ ਹੈ ਠੀਕ ਹੈ, ਮੈਂ ਕਿਤੇ ਬੱਸ ਚ ਉਤਰਦੇ, ਫਿਰ ਮੈਂ ਕਿਹਾ ਦੇਖ ਲਾਂਗੇ ਉਹ ਹਿਸਾਬ ਕਿਤਾਬ। ਗਾਜ਼ੀਆਣਾ ਦੇ ਕੌਂਕੇ ਦੀ ਟੀਮ ਬਾਹਰਲੀ ਸਾਈਡ ਤਿਆਰ ਹੋ ਜਾਵੇ। ਗਾਜ਼ੀਆਣਾ ਦੇ ਕੌਂਕੇ, ਕਮਾਲਪੁਰਾ ਦੇ ਸ਼ੇਰਪੁਰਾ ਨਾਲ ਹੀ ਜਿਹੜਾ ਫੁੱਟਬਾਲ ਦਾ ਮੁਕਾਬਲਾ ਕਲੰਗੀਧਰ ਕਲੱਬ ਕਮਾਲਪੁਰਾ ਤੇ ਕਿਲੀਚਾਲ, ਇਹ ਵੀ ਟੀਮਾਂ ਤਿਆਰ ਰਹਿਣ ਉੱਥੇ। ਧੰਨਵਾਦ ਕਰਦੇ ਹਾਂ ਸਾਰੇ ਹੀ NRI ਵੀਰਾਂ ਦਾ ਜਿਨ੍ਹਾਂ ਨੇ ਇਸ ਕਲੰਗੀਧਰ ਸਪੋਰਟਸ ਕਲੱਬ ਨੂੰ ਬਹੁਤ ਵੱਡੇ ਯੋਗਦਾਨ ਪਹੁੰਚਦੇ ਕੀਤੇ ਨੇ। ਪ੍ਰਧਾਨ ਬਲਵਿੰਦਰ ਸਿੰਘ ਜੀ, ਜਗਦੇਵ ਸਿੰਘ ਜੀ, ਜੱਗਾ ਸੈਕਟਰੀ ਸਾਹਿਬਾਨ ਜਸਵੀਰ ਸਿੰਘ ਜੀ, ਖਜ਼ਾਨਾ ਮੰਤਰੀ ਨਛੱਤਰ ਸਿੰਘ ਜੀ ਖਾਲਸਾ। ਹਾਂਜੀ ਧਿਆਨ ਦੇਣਾ ਜੀ, ਜਿਹੜਾ ਮੈਚ ਸ਼ੁਰੂ ਹੋ ਰਿਹਾ ਹੈ ਇਸ ਦੀ ਕਮੈਂਟਰੀ ਦੱਦਾ ਹੂਰ ਵਾਲੇ ਬਾਈ ਜੀ ਤੇ ਸਤਪਾਲ ਹੇਰਾ ਜੀ ਇਹ ਕਰਨਗੇ। ਦੱਦਾ ਹੂਰ ਵਾਲੇ ਬਾਈ ਜੀ ਤੇ ਸਤਪਾਲ ਹੇਰਾ ਜੀ ਉਹ ਮਾਈਕ ਤੇ ਸੇਵਾ ਨਿਭਾਉਣਗੇ ਜੀ। ਧੰਨਵਾਦ ਸਤਪਾਲ ਹੇਰ, ਸਾਡੇ ਵੀਰ ਜ਼ਿੰਦਗੀ ਦੇ ਸਤਿਕਾਰਯੋਗ ਵੀਰ, ਧੰਨਵਾਦ ਕਰਦੇ ਹਾਂ। ਉੱਥੇ ਹੀ ਸਾਡੇ ਵੀਰ ਪ੍ਰਬੰਧਕ ਨੇ ਕੁਲਵੀਰ ਗਰੇਵਾਲ, ਗੁਰਮੁਖ ਹੰਸਰਾ, ਰਣਜੀਤ ਗਰੇਵਾਲ, ਹੈਪੀ ਹੰਸਰਾ, ਗੋਪੀ ਸਟੂਡੀਓ, ਸਭੋ ਹੰਸਰਾ ਜੀ, ਚਰਨਜੀਤ ਬਾਸੀ, ਹਰਦੀਪ ਹੀਰ ਜੀ, ਅਮਰਜੀਤ ਹੀਰ, ਜੱਸੂ ਹੰਸਰਾ,
गुरसेव हंसरा बब्बू समरा रमना समरा सॉरी रमरा हंसरा कबड्डी सहक ने अरनाल सरबा हंसरा जग्गी जग्गा वासी मनी वासी गुरविंदर समरा कबड्डी सहक मनी चीमा जी ते नाल बलजीत सिंह जी नत ए सारे वीरां दा धन्नवाद करदे आ जो मोढे नाल मोढा ला के ए नेपरे चाढ़ने विच बहुत बड़ा सहयोग इन्हां वीरां दा। माइक ते अगली गल सतपाल हेरां जी। लो भी दर्शक वीरो कहिंदे बहुत ही तकड़ा मुकाबला शुरू होण लग्या दोने टीमां दे विचकार। इस वक्त एक पासे जिहड़ी टीम खेडदी है डाले दी टीम जिहड़ी स्टेज दे इधर जिधर मुकाबले हाकी दे हो रहे ने उस पासे है ते जिहड़ी टीम फुटबाल वाले पासे खेडदी है वह जलालाबाद दी खेडदी है और पहली कबड्डी पाई है। ऐ मुंडे दा पिंड कहिंदे बद्दोवाल है जिहड़े गभरू नूं मोटरसाइकिल दित्ता हेरा वालिया वह गभरू ने पहली कबड्डी पाई है। अज जिथे कमल ठूर ने सेवावां दित्तियां उत्थे साडी जिंदगी दा बहुत ही अजीज दोस्त है चक भाई क्या वाला बिट्टू पहुंचिया नाल सतपाल हेरा जी अगली गल तुहाडे नाल सांझी कर देंगे। हैलो हेलो 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 सब तो हेलो हेलो सब तो पहला रंगले पंजाब दियां सिख सरदारियां दे विचों हां जी जो फुटबाल दा मैच कलगीधर क्लब कमालपुरा दा शुरू हो रहा है जे वह पहला गोल करती है ध्यान दो जे वह पहला गोल करते ने पिंदा पुलसिया जी उन्हां वल्लों 200 रुपये का इनाम मेरे को पहुंच गया। जे वह पहला गोल करते ने तो 200 रुपया मैच समाप्त होंदे ही मेरे को आके ले जाने की कृपालता करन कुलवंत सिंह जी पिंदा पुलसिया। आ मुंडा कहिंदे जलालाबाद दिया छिंदू मेरे दर्शक वीर मार दो ताड़िया कहिंदे डरोली ने कबड्डी कप दे मोटरसाइकिल दिता जाना है गभरू नूं इस वक्त ट्राई करदा ते दूजे पासे बद्दो वालिया शेरू कहिंदे दुनिया दा रुस्तम धावी है वख वख खेल मेलिया दा शिंगार लै वी हेरा वालिया कर फिर गभरू आ गल। सब तो पहला रंगले पंजाब दियां सिख सरदारियां दे विचों वाहेगुरु जी का खालसा वाहेगुरु जी की फतेह सतगुर की अपार कृपा होई हर साल की तरह पिंड कमालपुर की धरती से खेडां दे गुलाब खिड़दे ने साहिब श्री गुरु गोबिंद सिंह जी महाराज उन्हां दी चरण मुबारक धरती है जिथे गुरुआं दे चरण पए ने ये धरती गुरुआं पीरां दी पंजाब मेरा पैदा होंदे ने सूरमे शहीद जिथे सरबंस बार के रब नूं हाल दसदे सौंगे कंडिया उत्ते मरीद जिथे जिथे वड्डे वड्डे धाड़वियां दे मूंह मुड़ गए महक सूंघ के उस गुलाब दी वी जिथों दे लोक कणक लई मर जांदे कौडी खेड है उस पंजाब दी जी। इक बन्ने राष्ट्रीय खेड जिहड़ी फुटबाल दे खिडारी खेडण जा रहे ने और दूजे बन्ने हॉकी जिहड़ी पंजाब दी हरमन प्यारी खेड है ये भी पूरे वर्ल्ड दे विच खेडी जा रही है ते बिल्कुल खेड स्टेडियम दे आपां